ਪ੍ਰੈਕਟਿਸ ਸ਼ੀਟ 4 ਨੌਵੀਂ ਕਲਾਸ ਦੀ ਕਰਨ ਲੱਗੀ। ਪਹਿਲਾ ਕੁਐਸਚਨ, ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ ਆਪਣੇ ਉਲਟ ਕ੍ਰਮ ਦੇ ਬਰਾਬਰ ਹੁੰਦੀ ਹੈ? ਮਤਲਬ ਇਹਨਾਂ ਆਪਸ਼ਨਸ ਵਿੱਚੋਂ ਕਿਹੜੀ ਰਕਮ ਹੈ ਜਦੋਂ ਉਲਟ ਕਰੀਏ ਤਾਂ ਜਵਾਬ ਸੇਮ ਹੋਵੇ? ਜਿਵੇਂ ਪਹਿਲਾਂ ਉਲਟ ਕਿਹਨੂੰ ਕਹਿੰਦੇ ਆ ਆਪਾਂ, ਉਹ ਇੱਕ ਵਾਰ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਆਹ 3/5 ਰਕਮ, ਠੀਕ ਹੈ। ਹੁਣ ਇਹਦਾ ਉਲਟ ਦਾ ਕੀ ਮਤਲਬ ਹੋਇਆ? ਉਲਟ ਦਾ ਮਤਲਬ ਹੈ ਜਿਹੜੀ ਥੱਲੜੀ ਰਕਮ ਹੈ ਉੱਪਰ ਹੋ ਜੂਗੀ, ਉੱਪਰਲੀ ਰਕਮ ਥੱਲੇ। ਆ ਇਹਦਾ ਉਲਟ ਹੈ ਜਾਂ ਆ ਇਹਦਾ ਉਲਟ ਹੈ? ਹੁਣ ਕਹਿੰਦਾ ਇਹਨਾਂ ਵਿੱਚੋਂ ਕਿਹੜੀ ਏਦਾਂ ਦੀ ਰਕਮ ਹੈ ਜਿਹਨੂੰ ਉਲਟ ਕਰੀਏ ਤਾਂ ਉਹ ਸੇਮ ਹੀ ਰਹੂ? ਹੁਣ ਤੁਸੀਂ ਕਹੋਗੇ ਉਲਟ ਕਰਨ ਲਈ ਥੱਲੇ ਵੀ ਤੇ ਇੱਕ ਨੰਬਰ ਚਾਹੀਦਾ, ਇਹਨਾਂ ਨੇ ਥੱਲੇ ਕੋਈ ਨੰਬਰ ਲਿਖਿਆ? ਤਾਂ ਜਿਹਦੇ ਥੱਲੇ ਕੁਛ ਨਾ ਲਿਖਿਆ ਹੋਵੇ ਆਪਾਂ ਕੀ ਲਿਖ ਸਕਦੇ? ਤਾਂ ਸਾਰਿਆਂ ਦੇ ਥੱਲੇ ਮੈਂ ਆਪਣੀ ਸਮਝ ਲਈ ਇੱਕ ਲਿਖਤਾ। ਹੁਣ ਇਹਨੂੰ ਉਲਟ ਕਰੀਏ, ਜਦੋਂ ਇਹਨੂੰ ਉਲਟ ਕਰੂੰਗੀ ਤਾਂ ਕਿੰਨਾ ਬਣੂਗਾ? 1/0 ਚਾਹੇ ਉੱਪਰ ਲਾ ਦੋ ਚਾਹੇ ਥੱਲੇ ਲਾ ਦੋ ਕੋਈ ਫਰਕ ਨਹੀਂ ਪੈਂਦਾ, ਮਾਈਨਸ ਨੂੰ ਚਾਹੇ ਥੱਲੇ ਲਾ ਦੋ ਚਾਹੇ ਉੱਪਰ ਲਾ ਦੋ ਇੱਕੋ ਹੀ ਗੱਲ। ਹੁਣ ਦੱਸੋ ਕਿੰਨਾ ਦੇ ਉਲਟ ਸੇਮ ਹੀ ਰਿਹਾ? ਚੌਥੀ ਦਾ ਹੀ, ਪਰ ਇਹਦਾ ਉਲਟ ਕੀ ਹੋ ਗਿਆ? ਸੇਮ। ਤਾਂ ਆਪਸ਼ਨ ਨੰਬਰ ਸਮਝ ਆ ਗਿਆ ਹਾਂਜੀ ਸਾਰਿਆਂ ਨੂੰ? ਦੂਜੇ ਚ ਕੀ ਕਿਹਾ? ਜੇ ਐਕਸ ਅਤੇ ਵਾਈ ਕੋਈ ਦੋ ਪਰਿਮੇਯ ਸੰਖਿਆਵਾਂ ਹਨ ਤੇ ਇਹਨਾਂ ਵਿੱਚੋਂ ਕਿਹੜਾ ਕਥਨ ਹਮੇਸ਼ਾ ਸੱਚ ਨਹੀਂ ਹੈ? ਮਤਲਬ ਉਹ ਲੱਭਣਾ ਚਾਹਣਾ ਤੇ ਜਿਹੜੀ ਰਕਮ ਕੀ ਹੈ ਗਲਤ। ਹੁਣ ਪਰਿਮੇਯ ਸੰਖਿਆ ਕਿਹਨੂੰ ਕਹਿੰਦੇ ਆ? ਉਹ ਨੰਬਰ ਜਿਹੜੇ ਯਾ ਤਾਂ ਵੱਟਿਆਂ ਵਾਲੇ ਜਾਂ ਸਿੰਪਲ ਨੰਬਰ ਭਾਗ ਕਰਨ ਤੇ ਖਤਮ ਹੋ ਜਾਣ, ਬਾਕੀ 0 ਬਚੇ, ਜਾਂ ਫਿਰ ਪੁਆਇੰਟਾਂ ਵਾਲਾ ਜਵਾਬ ਆਵੇ ਸੇਮ ਸੇਮ, ਠੀਕ ਹੈ ਜੀ। ਮੰਨ ਲਓ ਮੈਂ ਐਕਸ ਲੈ ਲਿਆ ਇੱਕ ਨੰਬਰ 3, ਵਾਈ ਲੈ ਲਿਆ 5, ਵੱਡੀਆਂ ਵਾਲੀ ਰਕਮ ਇਹਨਾਂ ਦੇ ਥੱਲੇ ਮੰਨ ਲਓ ਆਹ ਲਾ 3/1 ਤੇ 5/2 ਲੈ ਲਓ, ਠੀਕ ਹੈ। ਹੁਣ ਦੋਵਾਂ ਨੂੰ ਜੇ ਮੈਂ ਜੋੜ ਕਰਾਂ ਤਾਂ ਤਿਤਲੀ ਵਾਲਾ ਤਰੀਕਾ ਲਾਉਂਗੀ, 3 × 2 = 6 ਤਾਂ ਸਿਪਾਂ ਦੇ ਵਾਲੇ 11/2, ਇਹ ਵੀ ਵੱਡਿਆਂ ਵਾਲਾ ਨੰਬਰ ਆ ਗਿਆ ਤਾਂ ਪਰਿਮੇਯ ਸੰਖਿਆ, ਠੀਕ ਹੈ। ਐਵੇਂ ਜੇ ਦੋਵਾਂ ਨੂੰ ਘਟਾਓ ਕਰੂੰਗੀ ਤਾਂ ਵੀ ਪਰਿਮੇਯ ਸੰਖਿਆ ਆ ਜੂਗਾ, ਜੇ ਦੋਵਾਂ ਨੂੰ ਗੁਣਾ ਕਰੂੰਗੀ 3/1 × 5/2, 5 × 3 = 15, 1 × 2 = 2, ਇਹ ਵੀ ਪਰਿਮੇਯ ਸੰਖਿਆ ਆ ਗਈ। ਹੁਣ ਗੱਲ ਆ ਗਈ ਭਾਗ, ਮੰਨ ਲਓ ਮੈਂ ਐਕਸ ਲਿੱਤਾ 3 ਤੇ ਵਾਈ ਹੁਣ ਇੱਥੇ 5/2 ਦੀ ਬਜਾਏ 0 ਹੀ, ਵਾਈ ਕਿੰਨੀ ਲਿੱਤੀ 0, ਹੁਣ 3/0 ਯਾਨੀ ਕਿ 3/2 ਕਿੰਨਾ ਆ ਗਿਆ 0। ਅਗਲੇ ਸਵਾਲਾਂ ਚ ਕਰਾਂਗੇ ਕਿ ਥੱਲੇ 0 ਨਹੀਂ ਲਾ ਸਕਦੇ, ਨਹੀਂ ਲਾ ਸਕਦੇ ਨਾ, ਫਿਰ ਇਹ ਚੀਜ਼ ਗਲਤ ਹੈ ਕਿ ਸਹੀ ਹੈ? ਤਾਂ ਇਸਦਾ ਮਤਲਬ ਕਿਹੜਾ ਪੁਆਇੰਟ ਗਲਤ ਹੈ? ਮਤਲਬ ਇਹ ਹੈ ਕਿ ਉਹਨਾਂ ਨੇ ਕਿਹਾ ਉਹ ਲੱਭੋ ਕਿ ਜਿਹੜਾ ਹਰ ਵਾਰ ਸਹੀ ਨਾ ਹੋਵੇ, ਜੇ ਆਪਾਂ ਆ ਉਦਾਹਰਣ ਲੈਂਦੇ ਉਹਦੇ ਚ ਤਾਂ ਆਹ ਗੱਲ ਸਹੀ ਹੈ, ਪਰ ਜਦੋਂ ਨੀਚੇ 0 ਆ ਜੂਗਾ ਫਿਰ ਉਦੋਂ ਆ ਗੱਲ ਸਹੀ ਨਹੀਂ ਹੋਊਗੀ, ਇਸ ਕਰਕੇ ਹਮੇਸ਼ਾ ਲਈ ਇਹ ਗੱਲ ਸਹੀ ਨਹੀਂ, ਬਾਕੀ 3 ਪੁਆਇੰਟ ਹਰ ਉਦਾਹਰਣ ਲਈ ਸਹੀ ਹੋ। ਸਮਝ ਲੱਗ ਗਈ? ਇੱਕ ਅੰਕ ਦੀ ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੈ? ਇੱਕ ਅੰਕ ਦੀ, ਇੱਕ ਅੰਕ ਪਹਿਲਾਂ ਦੱਸੋ ਕੀ ਮਤਲਬ ਹੋਇਆ?
ਛੋਟੀ ਦਾ ਮੈਨੂੰ ਮਤਲਬ ਪਤਾ ਆਭਾਜ ਆਪਾਂ ਸਮਝਿਆ ਸੀ ਆਭਾਜ ਕਿਹਨਾਂ ਨੂੰ ਕਹਿੰਦੇ ਆ ਜਿਹੜੀ ਕਿਸੇ ਪਹਾੜੇ ਤੇ ਇਹਨਾਂ ਚੋਂ ਸਭ ਤੋਂ ਛੋਟੀ ਕਿਸੇ ਪਹਾੜੇ ਤੇ ਨਹੀਂ ਜਾਂਦੀ ਕੀ ਨੰਬਰ ਆ ਦੋ ਜੀਰੋ ਨੀ ਕਹਿਣਾ ਬੇਟਾ ਜੀਰੋ ਦਾ ਇਹ ਕਹਿਣਾ ਕਿ ਦੂਜਿਆਂ ਦੇ ਪਹਾੜੇ ਤੇ ਜਾਂਦੀ ਹੈ ਦੋ ਕਿਸੇ ਪਹਾੜੇ ਤੇ ਨਹੀਂ ਜਾਂਦੀ ਅਗਲਾ ਸੰਪੂਰਨ ਅੰਕਾਂ ਦਾ ਸਮੂਹ ਕਿਸ ਸੰਕ੍ਰਿਆ ਅਧੀਨ ਬੰਦ ਨਹੀਂ ਹੈ ਬੰਦ ਦਾ ਮਤਲਬ ਹੈ ਕਿ ਆਪਾਂ ਜੇ ਉਹਨਾਂ ਨੂੰ ਘਟਾਓ ਕਰੀਏ ਜਾਂ ਉਹ ਸੰਪੂਰਨ ਅੰਕਾਂ ਦਾ ਆਪਾਂ ਜੋ ਵੀ ਕਰੀਏ ਤਾਂ ਆਪਸ ਚ ਨਾ ਬਣੇ ਜਿਵੇਂ ਮੰਨ ਲਓ ਇੱਕ ਨੰਬਰ ਮੈਂ ਲੈ ਲਿਆ ਤਿੰਨ ਇੱਕ ਲੈ ਲਿਆ ਪੰਜ ਜੇ ਦੋ ਨੂੰ ਜੋੜ ਕਰਾਂ ਕਿੰਨਾ ਬਣੂਗਾ ਜੋੜ ਕਰਾਂ ਕਿੰਨਾ ਬਣੂਗਾ ਅੱਠ ਇਹ ਵੀ ਇੱਕ ਨੰਬਰ ਹੈ ਨਾ ਸੰਪੂਰਨ ਅੰਕ ਉਹ ਹੁੰਦੇ ਆ ਜਿੰਦੇ ਚ ਸਿਰਫ ਪਲੱਸ ਤੇ ਮਾਈਨਸ ਵਾਲੇ ਨੰਬਰ ਆਉਂਦੇ ਬਟੀਆਂ ਵਾਲੇ ਨੰਬਰ ਨਹੀਂ ਆਉਂਦੇ ਤਾਂ ਘਟਾਓ ਜੇ ਇਹਨਾਂ ਨੂੰ ਕਰਾਂ ਤਾਂ ਇਹਦਾ ਜਵਾਬ ਕਿੰਨਾ ਆਏਗਾ ਦੋ ਮਾਈਨਸ ਦੋ ਆਊਗਾ ਉਹ ਵੀ ਮਾਈਨਸ ਵਾਲੀ ਨੰਬਰ ਹੈ ਤੇ ਸੰਪੂਰਨ ਨੰਬਰ ਹੈ ਜੇ ਦੋਵਾਂ ਨੂੰ ਗੁਣਾ ਕਰਾਂ ਤਾਂ ਕਿੰਨਾ ਜਵਾਬ ਆਏਗਾ ਪੰਦਰਾਂ ਇਹ ਵੀ ਨੰਬਰ ਹੈਗਾ ਸੰਪੂਰਨ ਨੰਬਰ ਹੈ ਇਹ ਵੀ ਸਹੀ ਹੈ ਜੇ ਭਾਗ ਕਰਾਂ ਭਾਗ ਦਾ ਮਤਲਬ ਤਿੰਨ ਵਟੇ ਪੰਜ ਹੋ ਗਿਆ ਇਹ ਪੰਜ ਦੇ ਭਾੜੇ ਦੇ ਤਿੰਨ ਦਾ ਭਾਗ ਨਹੀਂ ਹੋਣਾ ਤਾਂ ਇਹ ਵਟਿਆਂ ਵਾਲੀ ਰਕਮ ਬਣ ਗਈ ਇਹ ਸੰਪੂਰਨ ਨੰਬਰ ਨਹੀਂ ਤਾਂ ਇਸ ਦੇ ਅੰਡਰ ਉਹ ਨਹੀਂ ਚੱਲ ਸਕਦਾ ਸਮਝ ਲੱਗ ਗਈ ਅੱਗੇ ਸਿਫਰ ਦਾ ਉਲਟ ਕ੍ਰਮ ਡੈਸ਼ ਹੈ ਸਿਫਰ ਦਾ ਉਲਟ ਹੁਣ ਜੀਰੋ ਦਾ ਉਲਟ ਜੀਰੋ ਆ ਹੈ ਜੀਰੋ ਦੇ ਥੱਲੇ ਕੋਈ ਨੰਬਰ ਨਹੀਂ ਇੱਕ ਬਾਈ ਹੁਣ ਜੀਰੋ ਵਟੇ ਇੱਕ ਦਾ ਉਲਟ ਕੀ ਬਣੂਗਾ ਇੱਕ ਵਟੇ ਜੀਰੋ ਇੱਕ ਵਟਾ ਜੀਰੋ ਇੱਥੇ ਇੱਕ ਵਟਾ ਜੀਰੋ ਆਪਸ਼ਨ ਹੈਗੀ ਆ ਨਹੀਂ ਜੀ ਦੂਜੀ ਗੱਲ ਜੇ ਇੱਥੇ ਇੱਕ ਵਟਾ ਜੀਰੋ ਨਹੀਂ ਇਸਦਾ ਮਤਲਬ ਆਪਸ਼ਨ ਆ ਚੌਥੀ ਚੱਲੂਗੀ ਹਨਾ ਪਰ ਚੌਥੀ ਕਿਉਂ ਯਾਦ ਰੱਖੋ ਕਦੀ ਵੀ ਮੈਥ ਵਿੱਚ ਥੱਲੇ ਜੀਰੋ ਨਹੀਂ ਆ ਸਕਦਾ ਜੇ ਜੀਰੋ ਆ ਗਿਆ ਤਾਂ ਮੈਥ ਵਿੱਚ ਉਸ ਰਕਮ ਦਾ ਆਪਾਂ ਹੱਲ ਕਰ ਹੀ ਨਹੀਂ ਸਕਦੇ ਇਸ ਕਰਕੇ ਉਹਨੂੰ ਕਹਿੰਦੇ ਆ ਅਪਰਿਭਾਸ਼ਿਤ ਅਨਡਿਫਾਈਨਡ ਸਮਝ ਲੱਗ ਗਈ ਇੱਕ ਵਟੇ ਜੀਰੋ ਨਹੀਂ ਲਿਖਦੇ ਕੀ ਲਿਖਿਆ ਜਾਂਦਾ ਅਨਡਿਫਾਈਨਡ ਅਪਰਿਭਾਸ਼ਿਤ ਸਮਝ ਲੱਗ ਗਈ ਉਹ ਕਿਹੜੀ ਸਭ ਤੋਂ ਵੱਡੀ ਸੰਖਿਆ ਜੋ ਹਮੇਸ਼ਾ ਇੱਕ ਤੋਂ ਇਲਾਵਾ ਕਿਸੇ ਹੋਰ ਟਾਂਗ ਪ੍ਰਾਕ੍ਰਿਤਿਕ ਸੰਖਿਆ ਦੇ ਪਿਛੇਤਰ ਅਗੇਤਰ ਦੇ ਗੁਣਨ ਫਲ ਨੂੰ ਵੰਡਦੀ ਪਹਿਲਾਂ ਕਿਹੜੀਆਂ ਰਕਮਾਂ ਲਿਖੀਆਂ ਟਾਂਗ ਜਿਹੜੀ ਦੋ ਦੇ ਪਹਾੜੇ ਦੇ ਭਾਗ ਕਿਹੜੀ ਕਿਹੜੀ ਹੈ ਤਿੰਨ ਪੰਜ ਸੱਤ ਨੌਂ ਇੱਕ ਠੀਕ ਹੈ ਜੀ ਆਪਾਂ ਥੋੜੀ ਜਿਹੀ ਲੈ ਲਈ ਹੁਣ ਇਹਨਾਂ ਨੇ ਕੀ ਲੈਣਾ ਤੇ ਅੱਛਾ ਇੱਕ ਦਾ ਪਿਛੇਤਰ ਤਾਂ ਜੀਰੋ ਆ ਜਾਊਗਾ ਹਨਾ ਅੱਗੇ ਕੀ ਆਊਗਾ ਅੱਛਾ ਹੁਣ ਇਹਨਾਂ ਨੇ ਕਿਹਾ ਹਮੇਸ਼ਾ ਇੱਕ ਤੋਂ ਇਲਾਵਾ ਤਾਂ ਫਿਰ ਇਹਦੇ ਚ ਆਪਾਂ ਇੱਕ ਗਿਣਾਂਗੇ ਕਿ ਨਹੀਂ ਨਹੀਂ ਕੱਟਿਆ ਗਿਆ ਦੋ ਤਿੰਨ ਦਾ ਅਗੇਤਰ ਦੋ ਚਾਰ ਤਿੰਨ ਦਾ ਪਿਛੇਤਰ ਦੋ ਅਗੇਤਰ ਚਾਰ ਪੰਜ ਦਾ ਪਿਛੇਤਰ ਚਾਰ ਅਗੇਤਰ ਛੇ ਸੱਤ ਦਾ ਛੇ ਅੱਠ ਨੌ ਦਾ ਅੱਠ ਦਸ ਹੁਣ ਇਹ ਅਗੇਤਰ ਪਿਛੇਤਰ ਲੈ ਲੈ ਉਹਨਾਂ ਦਾ ਕੀ ਕਰਨਾ ਅੱਗੇ ਗੁਣਨਫਲ ਗੁਣਨਫਲ ਇਹਨਾਂ ਨੂੰ ਗੁਣਾ ਕਰੋ ਕਿੰਨਾ ਆਇਆ ਇਹਨਾਂ ਨੂੰ ਗੁਣਾ ਕਰੋ ਚੌਵੀ ਇਹਨਾਂ ਨੂੰ
47 ਇਹਨਾਂ ਨੂੰ 80 ਯਾਨੀ ਕਿ ਆਪਣੇ ਕੋਲ ਜਵਾਬ ਆ ਗਿਆ 8, 24, 48 ਤੇ 80 ਹੁਣ ਆਪਾਂ ਟਾਂਗ ਸੰਖਿਆਵਾਂ ਲੈ ਲਈਆਂ ਉਹਨਾਂ ਦੇ ਅਗੇਤਰ ਪਿਛੇਤਰ ਲੈ ਲਏ ਉਹਨਾਂ ਨੂੰ ਅੱਗੇ ਕੀ ਕਰ ਲਿਆ ਗੁਣਨ ਹੁਣ ਕਹਿੰਦਾ ਉਹ ਸੰਖਿਆ ਸਭ ਤੋਂ ਵੱਡੀ ਸੰਖਿਆ ਦੱਸੋ ਜਿਹੜਾ ਇਹਨਾਂ ਨੂੰ ਕੀ ਕਰਦੀ ਹੈ ਵੰਡਦੀ ਹੈ ਮਤਲਬ ਉਹ ਕਿਹੜਾ ਪਹਾੜ ਹੈ ਜਿਹੜੀ ਉਸ ਪਹਾੜੇ ਤੇ ਸਾਰੀਆਂ ਰਕਮਾਂ ਜਾਂਦੀਆਂ ਦੱਸੋ ਕਿਹੜੇ ਪਹਾੜੇ ਤੇ ਦੋ ਦੇ ਪਹਾੜੇ ਤੇ ਸਾਰੀਆਂ ਜਾਂਦੀਆਂ ਹਾਂਜੀ 4 ਤੇ ਹਾਂਜੀ ਹਾਂਜੀ 8 ਤੇ ਜਾਂਦੀਆਂ ਤਾਂ ਇਹਨਾਂ ਚੋਂ ਕਿਹੜਾ ਸਭ ਤੋਂ ਵੱਡਾ ਨੰਬਰ ਆ 8 ਜੀ ਤਾਂ ਜਵਾਬ ਆ ਗਿਆ ਆਪਣਾ 8 ਸਮਝ ਲੱਗ ਗਈ ਅਗਲਾ ਇੱਕ ਪਰਿਮੇਯ ਸੰਖਿਆ ਅਤੇ ਉਸਦੇ ਜੋੜਾਤਮਕ ਉਲਟ ਦਾ ਜੋੜ ਕੀ ਹੋਵੇਗਾ ਪਰਿਮੇਯ ਮਤਲਬ ਕੋਈ ਵੀ ਰਕਮ ਦੱਸੋ ਇੱਕ ਰਕਮ ਲਈਏ ਕੀ ਰਕਮ ਲਈਏ 10 ਠੀਕ ਅੱਠਵੀਂ ਚੋਂ ਦਾ ਜੋੜਾਤਮਕ ਉਲਟ ਆਪਾਂ ਸਿੱਖਿਆ ਸੀ ਨਾ ਕਿਸੇ ਰਕਮ ਦਾ ਕੀ ਬਦਲੀ ਦਾ ਹੁੰਦਾ ਸੀ ਉਹਦਾ ਨਿਸ਼ਾਨ ਤਾਂ ਇਹਦਾ ਜੋੜਾਤਮਕ ਉਲਟ ਕਿੰਨਾ ਬਣ ਜਾਊਗਾ -10 ਵੈਰੀ ਗੁੱਡ ਗੁਰਜੀਤ -10 ਹੁਣ ਉਹਨਾਂ ਉਸ ਰਕਮ ਦਾ ਤੇ ਜੋੜਾਤਮਕ ਉਲਟ ਦਾ ਕੀ ਕਰਨਾ ਹੈ ਜੋੜ ਮਤਲਬ ਐਵੇਂ ਦਾ ਉਵੇਂ ਲਿਖ ਦੇਣਾ ਤੇ ਕਿੰਨਾ ਜਵਾਬ ਆਇਆ ਜੀਰੋ ਤਾਂ ਹਮੇਸ਼ਾ ਇੱਕ ਰਕਮ ਤੇ ਉਹਦੇ ਜੋੜਾਤਮਕ ਉਲਟ ਨੂੰ ਜਦੋਂ ਜੋੜਾਂਗੇ ਤਾਂ ਹਮੇਸ਼ਾ ਜਵਾਬ ਕਿੰਨਾ ਆਊਗਾ ਜੀਰੋ ਸਮਝ ਲੱਗ ਗਈ ਹਾਂਜੀ ਅੱਗੇ ਹੇਠਾਂ ਦਿੱਤੀ ਸੰਖਿਆ ਰੇਖਾ ਦੱਸੋ ਦੇਖੋ ਤੇ ਦੱਸੋ ਕਿਸ ਦਾ ਮੁੱਲ ਜ਼ਿਆਦਾ ਹੋਵੇਗਾ ਆਹ ਉਹਨਾਂ ਨੇ ਆਪਾਂ ਨੂੰ ਲਾਈਨ ਇਹਦੇ ਚ P0 ਹੁਣ ਆਪਾਂ P+Q ਇਹਨਾਂ ਚ ਕਿੰਨਾ ਮੁੱਲ ਸਭ ਤੋਂ ਜ਼ਿਆਦਾ ਉਹ ਲੱਭਣਾ ਐਵੇਂ ਤਾਂ ਲੱਭਣਾ ਔਖਾ ਆਪਾਂ P ਤੇ Q ਨੂੰ ਇੱਕ ਇੱਕ ਨੰਬਰ ਲੈ ਲੈਂਦੇ ਹੁਣ 0 ਤੋਂ ਇੱਧਰ ਕਿਹੜੇ ਨਿਸ਼ਾਨ ਵਾਲੇ ਮਾਈਨਸ ਮਾਈਨਸ ਤਾਂ P ਦਾ ਦੱਸੋ ਕੋਈ ਮਾਈਨਸ ਵਾਲਾ ਨੰਬਰ ਕੀ ਲਈਏ 1 ਠੀਕ ਹੈ -2 Q ਦਾ 1 Q ਮਾਈਨਸ ਵਾਲਾ ਨੰਬਰ ਹੋਊਗਾ +3 ਠੀਕ ਹੈ ਜੀ ਉਹਦਾ ਆਨਸਰ ਹੈ ਹੁਣ P+Q ਵੀ ਕਿੰਨਾ -2 + 3 ਕਿੰਨਾ ਜਵਾਬ ਆਊਗਾ 1 -2 ਨੇ ਹੁਣ Q ਪਹਿਲਾਂ ਲਿਖਿਆ Q ਜਵਾਬ ਕੀ ਹੈ 3 ਫਿਰ ਮਾਈਨਸ ਫਿਰ P ਕਿੰਨਾ -2 ਤਾਂ -2 ਕੀ ਹੋ ਗਿਆ 3 + 2 ਕਿੰਨਾ ਹੋਇਆ 5 ਹੁਣ P ਤੇ Q ਨੂੰ ਗੁਣਾ ਕਰਨਾ ਹੈ ਅੰਗਰੇਜ਼ੀ ਅੱਖਰਾਂ ਵਿੱਚ ਗੁਣਾ ਦਾ ਨਿਸ਼ਾਨ ਪਾਓ ਨਾ ਪਾਓ ਫਰਕ ਨਹੀਂ ਚਾਹੇ ਇਹਨੂੰ P+Q ਲਿਖ ਲਓ ਚਾਹੇ P ਗੁਣਾ ਕਿਉਂ ਇੱਕੋ ਹੀ ਗੱਲ ਹੁਣ ਇਹਨੂੰ ਆਪਾਂ ਯਾਨੀ ਕਿ -2 × 3 ਕਿੰਨਾ ਜਵਾਬ ਆਊਗਾ ਪਹਿਲਾਂ 6 -6 ਹੁਣ Q ਭਾਗ P ਯਾਨੀ ਕਿ Q ਉੱਪਰ ਹੈ ਭਾਗ P ਥੱਲੇ ਦਾ ਜਵਾਬ ਆ ਗਿਆ ਹਾਂਜੀ ਹੁਣ ਦੱਸੋ ਇਹਦਾ ਜਵਾਬ ਇੱਕ ਆਇਆ 5 -6 ਤੇ ਆ ਬਟੀਆਂ ਵਾਲਾ ਇਹਨੂੰ ਭਾਗ ਕਰੂੰਗੀ ਭਾਗ ਕਰਨ ਵੇਲੇ ਕਿਹੜੀ ਰਕਮ ਅੰਦਰ ਰੱਖੂੰਗੀ 3 ਦੋ ਬਾਰ ਮਾਈਨਸ ਉਵੇਂ ਉਵੇਂ ਲਿਖਿਆ ਰਹੂਗਾ ਹਾਂਜੀ ਦੋ ਬਾਰ ਦੋ ਦੇ ਭਾੜੇ ਦੇ 3 ਕਿੰਨੇ ਹੁੰਦੇ ਨਹੀਂ ਜਾਂਦਾ ਤੇ ਕੀ ਲਿਖਾਂਗੇ 2 × 1 = 2 ਆ 1 ਬਾਕੀ ਇੱਥੇ ਦਾ 0.5 ਯਾਨੀ ਕਿ ਜਵਾਬ ਆ ਗਿਆ ਹੁਣ ਇਹ ਹੇਠਾਂ ਦਿੱਤੀ ਸੰਖਿਆ ਰੇਖਾ ਦੇਖੋ ਤੇ ਦੱਸੋ ਕਿਸ ਦਾ ਮੁੱਲ ਜ਼ਿਆਦਾ ਹੈ ਦੱਸੋ ਕਿਹੜਾ ਮੁੱਲ ਜ਼ਿਆਦਾ ਹੈ 6 ਮੁੱਲ ਜ਼ਿਆਦਾ ਨਹੀਂ ਸੈਕਿੰਡ ਆਪਸ਼ਨ ਵੈਰੀ ਗੁੱਡ ਖੁਸ਼ਪ੍ਰੀਤ 5 ਜ਼ਿਆਦਾ ਹੈ ਗੁਰਜੀਤ 6 ਕਿਹੜਾ ਨਿਸ਼ਾਨ ਵਾਲਾ ਹੈ -2 ਤੈਨੂੰ 6 ਰੁਪਏ ਦਾ ਘਾਟਾ ਜ਼ਿਆਦਾ ਵੱਡਾ ਕਿ 5 ਰੁਪਏ ਦਾ ਫਾਇਦਾ ਫਾਇਦਾ ਜ਼ਿਆਦਾ ਨਾ ਮਾਈਨਸ ਵਾਲਾ ਮਤਲਬ ਘਾਟਾ ਤਾਂ ਇਸ ਦਾ ਕਿਹੜਾ ਵੱਡਾ ਹੈ ਯਾਨੀ ਕਿ ਦੂਜੇ ਨੰਬਰ ਵਾਲੀ
समझ आ गई जी? पक्की गल है? हुण आपां 8 सवाल तक कर ले।